ਸਾਰੇ ਭਾਈਆਂ ਬਜ਼ੁਰਗਾਂ ਨੂੰ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮੁਅਲੈਕਮ ਜੀ ਮੇਰਾ ਅੱਜ ਦਾ ਇਹ ਵੀਡੀਓ ਪੈਗਾਮ ਖਾਸ ਤਨ ਸਾਡੇ ਹਲਕੇ ਦੇ ਸੋ ਕਾਲਡ ਐਮਪੀ ਸਾਹਿਬ ਵਾਸਤੇ ਹੈ ਮਾਰ ਸਾਹਿਬ ਜਿੱਥੇ ਜਾਂਦੇ ਨੇ ਪਿਛਲੇ ਕਾਫੀ ਦਿਨਾਂ ਤੋਂ ਮੈਂ ਇਸ ਚੀਜ਼ ਨੂੰ ਮਹਿਸੂਸ ਕਰ ਰਿਹਾ ਕਿ ਉਹ ਸਾਡੇ ਉੱਤੇ ਜ਼ਾਤੀ ਅਟੈਕਸ ਕਰਦੇ ਨੇ ਜਿਹੜਾ ਕਿ ਉਹਨਾਂ ਅੱਜ ਵੀ ਕੀਤਾ ਇੱਕ ਜਗ੍ਹਾ ਤੇ ਜਾ ਕੇ ਮਾਰ ਸਾਹਿਬ ਫਰਮਾਂਦੇ ਹਨ ਕਿ ਇਹ ਇਨਾਂ ਨੇ ਮੇਰੇ ਮੁਖਾਲਫੀਨ ਨੇ ਆਪਣੇ ਹਕੂਮਤੀ ਅਦਵਾਰ ਦੇ ਵਿੱਚ ਬੜੀ ਕੋਈ ਕਰਪਸ਼ਨ ਕੀਤੀ ਤੇ ਇਨਾਂ ਆਪਣੇ ਘਰ ਸਮਾਰੇ ਮੈਂ ਮਾਰ ਸਾਹਿਬ ਨੂੰ ਜਵਾਬ ਇਹ ਦੇਸਾਂ ਗਿਆ ਕਿ ਮਾਰ ਸਾਹਿਬ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਕਰਪਸ਼ਨ ਕੌਣ ਕਰਦਾ ਹੈ ਤੇ ਸੂਤ ਦੀ ਕਮਾਈ ਕੌਣ ਖਾਂਦਾ ਹੈ ਅੱਜ ਦੇ ਦਿਨ ਤੱਕ ਸੂਤ ਦੀ ਕਮਾਈ ਕੌਣ ਖਾ ਰਿਹਾ ਹੈ ਤੇ ਕੌਣ ਹਰਾਮ ਦੀ ਕਮਾਈ ਖਾ ਰਿਹਾ ਹੈ ਜਨਾਬ ਤੂੰ ਬਿਹਤਰ ਕੋਈ ਨਹੀਂ ਜਾਣਦਾ ਮੈਂ ਜਨਾਬ ਦੇ ਅਬਾਉ ਅਜਦਾਦ ਦੇ ਬਾਰੇ ਕੋਈ ਚੀਜ਼ ਇਸ ਤੋਂ ਬਿਆਨ ਨਹੀਂ ਕਰਾਂਗਾ ਸਾਰੀ ਦੁਨੀਆ ਨੂੰ ਪਤਾ ਹੈ ਕਿਉਂਕਿ ਮੇਰੀ ਟ੍ਰੇਨਿੰਗ ਦਾ ਹਿੱਸਾ ਨਹੀਂ ਹੈ ਕਿ ਮੈਂ ਬਜ਼ੁਰਗਾਂ ਦੇ ਬਾਰੇ ਕੋਈ ਅਲਫਾਜ਼ ਬੋਲਾਂ ਜਿਵੇਂ ਦੇ ਜਨਾਬ ਨੇ ਅੱਜ ਬਕਵਾਸਾਤ ਕੀਤੇ ਨੇ ਜਨਾਬ ਨੂੰ ਮੈਂ ਇਹ ਗੁਜ਼ਾਰਿਸ਼ ਕਰ ਸੰਗਿਆ ਕਿ ਮਾਰ ਸਾਹਿਬ ਅਗਰ ਤਾਂ ਜ਼ਾਤੀ ਅਟੈਕਸ ਕਰੋਗੇ ਤਾਂ ਤੁਸੀਂ ਐਕਸਪੈਕਟ ਇਹ ਨਾ ਕਰੋ ਕਿ ਤੁਹਾਨੂੰ ਸਿਆਸੀ ਜਵਾਬ ਆਏਗਾ ਫਿਰ ਤੁਹਾਨੂੰ ਜ਼ਾਤੀ ਜਵਾਬ ਆਏਗਾ 2023 ਦਾ ਜਨਾਬ ਕਹਿੰਦੇ ਨੇ ਜਨਾਬ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਹੈ ਸਾਨੂੰ ਜਨਾਬ ਤੂੰ ਕਈ ਗੁਣਾ ਹਜ਼ਾਰ ਗੁਣਾ ਜ਼ਿਆਦਾ ਇੰਤਜ਼ਾਰ ਹੈ ਇਸ ਤੂੰ ਨਹੀਂ ਕਿ ਅਸੀਂ ਇਲੈਕਸ਼ਨ ਕੰਟੈਸਟ ਕਰਨਾ ਇਸ ਤੂੰ ਹੈ ਕਿ ਜਨਾਬ ਨੇ ਜੋ ਜੋ ਕਰਪਸ਼ਨਸ ਕੀਤੀਆਂ ਨੇ ਜਿੱਥੇ ਜਿੱਥੇ ਪ੍ਰੋਪਰਟੀਆਂ ਬਣਾਈਆਂ ਨੇ ਜਿਹੜੀਆਂ ਲਗਜ਼ਰੀ ਗੱਡੀਆਂ ਜਨਾਬ ਲੈ ਕੇ ਫਿਰ ਰਹੇ ਨੇ ਕਿਹੜੇ ਕਿਹੜੇ ਠੇਕੇਦਾਰ ਕੋਲੋਂ ਕਿਤਨਾ ਕਿਤਨਾ ਸਿਸਟਮ ਲਿਆ ਗਿਆ ਹੈ ਸਾਡੇ ਕੋਲ ਵਿਦ ਪ੍ਰੂਫ ਔਨ ਰਿਟਨ ਕਾਗਜ਼ੀ ਪ੍ਰੂਫ ਸਾਡੇ ਕੋਲ ਮੌਜੂਦ ਨੇ ਸਾਡੇ ਕੋਲ ਵੀਡੀਓਜ਼ ਜਨਾਬ ਦੀਆਂ ਮੌਜੂਦ ਨੇ ਕਿੱਥੇ ਕਿੱਥੇ ਕੋਲੋਂ ਜਨਾਬ ਨੇ ਕੀ ਕੀ ਸਿਸਟਮ ਲਿਆ ਤੇ ਕਿੱਥੇ ਕਿੱਥੇ ਪ੍ਰੋਪਰਟੀਆਂ ਬਣਾਈਆਂ ਨੇ ਬਿਹਤਰ ਹੀ ਹੋਏਗਾ ਮੇਰੀ ਸਾਰਿਆਂ ਭਾਈਆਂ ਵਾਸਤੇ ਇਹ مشورہ ਹੈ ਕਿ ਸਿਆਸਤ ਨੂੰ ਸਿਆਸਤ ਦੇ ਤੌਰ ਤੇ ਲਿਆ ਜਾਵੇ ਕਿਸੇ ਦੇ ਉੱਤੇ ਜਾਤੀ اٹੈਕਸ ਨਾ ਕੀਤੇ ਜਾਵਨ ਸਾਡੇ ਮੁਖਾਲਫ ਹੋਵਨ ਜਾਂ ਸਾਡੇ ਉਹ ਸੱਜਣ ਹੋਵਨ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਦਾ ਜਾਤੀ اٹੈਕਸ ਨਾ ਕੀਤੇ ਜਾਵਨ ਤੇ ਐਮਪੀ ਸਾਹਿਬ ਵਾਸਤੇ ਮੈਂ ਦੁਬਾਰਾ ਇਹ ਗੁਜ਼ਾਰਿਸ਼ ਕਰਦਾ ਆ ਗਿਆ ਕਿ ਮਾਰ ਸਾਹਿਬ ਅਗਰ ਤੁਸੀਂ ਕਿਸੇ ਬਜ਼ੁਰਗ ਦੇ ਬਾਰੇ ਗੱਲ ਕਰੋਗੇ ਤੇ ਤੁਹਾਨੂੰ ਜਵਾਬ ਵੀ ਤੁਹਾਡੇ ਬਜ਼ੁਰਗ ਤੁਹਾਡੇ ਅਬਾਓ ਜਦਾਦ ਦੇ ਬਾਰੇ ਹੀ ਆਏਗਾ ਜਨਾਬ ਫਰਮਾਂਦੇ 60 ਸਾਲ ਦਾ ਬਾਬਾ ਤੇ ਜਨਾਬ ਦਿਮਾਗ ਚੇਂਜ ਨਹੀਂ ਹੋ ਸਕਦਾ ਤੇ ਇਹ ਨਹੀਂ ਹੋ ਸਕਦਾ ਤੇ ਉਹ ਨਹੀਂ ਹੋ ਸਕਦਾ ਉਹ 67 ਸਾਲ ਦਾ ਬਾਬਾ ਜਨਾਬ ਨੂੰ ਆਪਣੀ ਜੁੱਤੀ ਦੀ ਨੋਕ ਤੇ ਵੀ ਨਹੀਂ ਰੱਖਦਾ ਠੀਕ ਹੈ ਜੀ ਜੁੱਤੀ ਦੀ ਠੋਕਰ ਤੇ ਨਹੀਂ ਰੱਖਦਾ ਜਨਾਬ ਨੂੰ ਜਨਾਬ ਨੇ ਅਗਰ ਕੋਈ ਬਕਵਾਸ ਕਰਨੇ ਹੋਵਨ ਤੇ ਜਨਾਬ ਸਾਡੇ ਬਾਰੇ ਕਰੋ ਤੇ ਸਾਡੇ ਕੋਲੋਂ ਜਵਾਬ ਲਵੋ ਬਜ਼ੁਰਗ ਦੇ ਬਾਰੇ ਗੱਲ ਕਰੋਗੇ ਤੇ ਤੁਹਾਨੂੰ ਉਪੁੱਠੇ ਜਵਾਬ ਆਣਗੇ ਜਨਾਬ ਦੀ ਕੀ ਜ਼ਬਾਨ ਹੈ असि जनाब तू दस गुना ज्यादा जनाब नू जवाब देने अवेद की जनाब ने जबान बोली है लेकिन मैं दोबारा कहना कि मेरी ये ट्रेनिंग का हिस्सा नहीं है कि मैं बुज़ुर्गों के बारे अ बकवासात कराँ जिमेंद जनाब ने किए ने जनाब के बुज़ुर्ग की